ਕਹਿੰਦੇ ਨੇ ਦੋਸਤ ਉਹੀ ਜੋ ਮੁਸੀਬਤ ਵੇਲੇ ਕੰਮ ਆਵੇ ਤੇ ਬਾਜ਼ਾਰ ਦੇ ਵਿੱਚ ਬੈਨਰ ਫੜ ਕੇ ਘੁੰਮ ਰਹੇ ਇਹ ਨੌਜਵਾਨ ਕਿਸੇ ਧਾਰਮਿਕ ਸਮਾਗਮ ਦੇ ਆਯੋਜਨ ਜਾਂ ਫਿਰ ਕਿਸੇ ਪਰਸਨਲ ਕੰਮ ਦੇ ਲਈ ਨਹੀਂ ਸਗੋਂ ਆਪਣੇ ਬਿਮਾਰ ਦੋਸਤ ਦੇ ਇਲਾਜ ਦੇ ਲਈ ਮਦਦ ਦੀ ਗੁਹਾਰ ਲਗਾ ਰਹੇ ਨੇ। ਇਹਨਾਂ ਦਾ ਦੋਸਤ ਗੌਰਵ ਇਸ ਸਮੇਂ ਹਸਪਤਾਲ 'ਚ ਕੈਂਸਰ ਦੇ ਕਰਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਗੌਰਵ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। 20 ਦਿਨ ਪਹਿਲਾਂ ਉਸ ਨੂੰ ਬੁਖਾਰ ਹੋਇਆ ਤੇ ਜਾਂਚ ਤੋਂ ਬਾਅਦ ਕੈਂਸਰ ਪਾਇਆ ਗਿਆ, ਜਿਸ ਤੋਂ ਬਾਅਦ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰ ਬਿਮਾਰ ਦੋਸਤ ਦੀ ਮਦਦ ਦੇ ਲਈ ਗੌਰਵ ਦੇ ਸਾਥੀਆਂ ਨੇ ਆਪਣਾ ਹੱਥ ਅੱਗੇ ਵਧਾਇਆ ਅਤੇ ਦਿਨ ਰਾਤ ਇਲਾਜ ਦੇ ਲਈ ਪੈਸਿਆਂ ਦੇ ਪ੍ਰਬੰਧ ਕਰਕੇ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਬੈਨਰ ਫੜ ਕੇ ਉਹ ਲੋਕਾਂ ਨੂੰ ਮਦਦ ਦੇ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰ ਰਹੇ ਨੇ। ਗੌਰਵ ਦੇ ਦੋਸਤਾਂ ਵੱਲੋਂ ਹੁਣ ਤੱਕ 8 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਇਕੱਠੀ ਕਰ ਲਈ ਗਈ ਹੈ, ਜਦਕਿ ਡਾਕਟਰਾਂ ਦੇ ਮੁਤਾਬਕ ਗੌਰਵ ਦੇ ਇਲਾਜ ਦੇ ਲਈ 15 ਤੋਂ 20 ਲੱਖ ਰੁਪਏ ਦੀ ਲੋੜ ਹੈ। ਸੋ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਮੁੰਡੇ ਦਾ ਨਾਮ ਹੈ ਜੀ ਗੌਰਵ ਲਾਲ ਮੋਲਾ। ਇਹ ਸਾਡਾ ਬਚਪਨ ਦਾ ਫਰੈਂਡ ਹੈ, ਸਾਡੇ ਨਾਲ ਹੀ ਖੇਡਿਆ। ਇਹਨੂੰ ਇਸ ਟਾਈਮ ਇਹਦੀ ਉਮਰ ਹੈ ਜਿਹੜੀ 25-26 ਸਾਲ ਹੀ ਹੈ ਸਾਰਾ, ਤੇ ਉਹਦੇ ਵਿੱਚ ਇਹਨੂੰ ਇਹੋ ਜਿਹੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਜਿਹਦਾ ਲੋਕੀ ਨਾਮ ਸੁਣ ਕੇ ਵੀ ਡਰਦੇ ਨੇ, ਬਲੱਡ ਕੈਂਸਰ। ਤਾਂ ਜੋ ਇਹਦੀ ਫੈਮਿਲੀ ਹੈ ਉਸ ਬਹੁਤ ਹੀ ਗਰੀਬ ਫੈਮਿਲੀ ਕਹਿ ਸਕਦੇ ਹਾਂ ਆਪਾਂ, ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ। ਉਹਦੇ ਲਈ ਅਸੀਂ ਆਪਣੀ ਦਿਲੋਂ ਜੋ ਵੀ ਅਸੀਂ ਹੈਲਪ ਕਰ ਸਕਦੇ ਹਾਂ ਉਹ ਕਰ ਸਕਦੇ ਹਾਂ। ਬਾਕੀ ਅਸੀਂ ਸਾਡੇ ਜਿੰਨੇ ਵੀ ਮਿੱਤਰ ਨੇ ਅਸੀਂ ਇਹਨਾਂ ਦਾ ਸਾਥ ਲੈ ਕੇ ਪੂਰੀ ਜਨਤਾ ਤੋਂ ਉਹਦੇ ਵਾਸਤੇ ਉਹਦੀ ਜ਼ਿੰਦਗੀ ਦੀ ਗੁਹਾਰ ਕਰ ਰਹੇ ਹਾਂ ਕਿ ਉਹਨੂੰ ਜ਼ਿੰਦਗੀ ਵਾਪਸ ਮਿਲ ਸਕੇ ਜੋ PGI ਦੇ ਵਿੱਚ ਲੜ ਰਿਹਾ ਮੁੰਡਾ। ਸਰਕਾਰਾਂ ਦਾ ਕੋਈ ਧਿਆਨ ਨਹੀਂ ਜੀ, ਸਰਕਾਰਾਂ ਦੇ ਮਤਲਬ ਕਿ ਜੇ ਧਿਆਨ ਹੁੰਦਾ ਸਾਡੇ ਯੂਥ ਤੋਂ ਉੱਠਣ ਤੋਂ ਪਹਿਲਾਂ ਉਹ ਆਪ ਕਵਰੇਜ ਕਰ ਸਕਦੇ ਸੀ। ਲੋਕਾਂ ਦੇ ਘਰੇ ਘਰੇ ਜਾ ਕੇ ਉਹ ਵੋਟਾਂ ਮੰਗਦੇ ਨੇ, ਕਿਸੇ ਦੀ ਬਿਮਾਰੀ ਜਾਂ ਦੁੱਖ ਤਕਲੀਫ ਬੁਢਾਪਿਆਂ ਦੀ ਪੈਨਸ਼ਨ ਤੱਕ ਕੋਈ ਵੀ ਧਿਆਨ ਨਹੀਂ ਦਿੰਦੇ। ਅਸੀਂ ਯੂਥ ਉੱਠ ਕੇ ਉੱਪਰ ਆਏ ਹਾਂ, ਅੱਜ ਪਹਿਲੀ ਵਾਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨ ਬਣਾਇਆ ਕਿ ਨਾਭੇ ਦੇ ਵਿੱਚ ਕਿਸੇ ਵੀ ਬੰਦੇ ਦੇ ਉੱਤੇ ਕੋਈ ਦੁੱਖ ਆਉਂਦਾ ਤਾਂ ਸਾਡਾ ਯੂਥ ਪਹਿਲੇ ਨੰਬਰ ਤੇ ਆ ਕੇ ਖੜੂਗਾ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ NGO ਵੀ ਬਣਾਉਣ ਦੀ ਸੋਚ ਰਹੇ ਹਾਂ। ਸਾਰੇ ਮੁੰਡੇ ਉਮਰ ਦੀ ਉਹਦੀ ਉਮਰ ਹੈਗੀ 27 ਸਾਲ ਦੀ ਉਮਰ ਹੈ ਜੀ, 6 ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ। ਪਰਿਵਾਰ ਬਹੁਤ ਗਰੀਬ ਹੈ ਜੀ, ਗਰੀਬ ਹੋਣ ਦੇ ਕਰਕੇ ਉਹ ਇਸ ਦਾ ਇਲਾਜ ਨਹੀਂ ਕਰ ਸਕਦੇ ਸੀਗੇ, ਕਰਵਾ ਸਕਦੇ ਸੀ, ਤਾਂ ਜੋ ਅਸੀਂ ਉਹਨਾਂ ਦੀ ਮਦਦ ਕਰਨ ਦੇ ਲਈ ਲੋਕਾਂ ਦੇ ਵਿੱਚ ਅਸੀਂ ਆਏ ਹਾਂ ਉਹਨਾਂ ਦੀ ਡੋਨੇਸ਼ਨ ਲੈਣ ਦੇ ਲਈ। ਅਸੀਂ ਸਾਰੇ ਬਾਜ਼ਾਰ ਵਾਲਿਆਂ ਨੂੰ, ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਜੇ ਕੋਈ ਬੰਦਾ ਐਵੇਂ ਬਿਮਾਰੀ ਨਾਲ ਜੂਝ ਰਿਹਾ ਤਾਂ ਅਸੀਂ ਉਹਦੀ ਮਦਦ ਕਰਨ ਲਈ ਅੱਗੇ ਆਈਏ। ਉਧਰ ਸਥਾਨਕ ਲੋਕਾਂ ਵੱਲੋਂ ਵੀ ਗੌਰਵ ਦੇ ਇਲਾਜ ਦੇ ਲਈ ਪੈਸੇ ਦਾਨ ਕੀਤੇ ਜਾ ਰਹੇ ਨੇ। ਤੁਸੀਂ ਨਾਭਾ ਨਿਵਾਸੀ, ਰੋਜ਼ਾਨਾ ਫੇਸਬੁੱਕ ਤੇ ਵੀ ਆਉਂਦਾ ਹੈ, ਹੋਰ ਵੀ ਆਉਂਦਾ ਹੈ, ਤੁਸੀਂ ਇੰਨੇ ਸ਼ਹਿਰ ਵਾਲੇ ਇਕੱਠੇ ਹੋ ਕੇ ਇੰਨਾ ਕਰ ਰਹੇ ਹੋ, ਉਹ ਲੜਕੇ ਵਾਸਤੇ ਬਹੁਤ ਹੀ ਪਰਪਕਾਰ ਹੈ। ਜਿਹੜਾ ਬੰਦਾ ਇਹ 'ਚ ਹੈਲਪ ਕਰੂਗਾ ਉਹ ਵੀ ਪਰਮਾਤਮਾ ਵੱਲੋਂ ਅਸੀਂ ਕਹਿੰਦੇ ਹਾਂ, ਉਹਨੂੰ ਬਹੁਤ ਹੀ ਦੁਆ ਦਿੰਦੇ ਹਾਂ। ਬਾਕੀ ਇਹ ਵੀ ਜਿੰਨਾ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਹੈ, ਉਮੀਦ ਕਰਦੇ ਹਾਂ ਕਿ ਦੋਸਤਾਂ ਦੇ ਵੱਲੋਂ ਗੌਰਵ ਦੇ ਲਈ ਕੀਤੀ ਜਾ ਰਹੀ ਸਲਾਮਤੀ ਦੀ ਦੁਆ ਅਜਾਈ ਨਾ ਜਾਵੇ। ਨਾਭਾ ਤੋਂ ਰਾਹੁਲ ਖੁਰਾਣਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।